ਅੱਜ ਹੀ ਸੁਬਹਾ ਸੁਬਹਾ ਉੱਠਦਿਆਂ ਸਾਰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵੱਲ ਮੂੰਹ ਕੀਤਾ ਹੈ ਕਿਉਂਕਿ ਇੱਥੇ ਪਾਕਿਸਤਾਨ ਵਰਸ ਬੰਗਲਾਦੇਸ਼ ਮੈਚ ਲੱਗੇ ਹੈ ਔਰ ਇੱਥੇ ਮੈਚ ਵੇਖਣ ਆਏ ਹਾਂ। ਇੱਥੇ ਜਨਾਬ ਸਟੇਡੀਅਮ ਦੇ ਕੋਲ ਸਿਕਿਉਰਟੀ ਬੜੀ ਫੁੱਲ ਪ੍ਰੂਫ ਸੀ, ਤਕਰੀਬਨ 10 ਚੈੱਕ ਪੁਆਇੰਟ ਹੈ ਜਨਾਬ ਕ੍ਰੋਸ ਕਰਕੇ ਇੱਥੇ ਸਟੇਡੀਅਮ ਦੇ ਕੋਲ ਆਏ ਹਾਂ। ਇਹ ਸਟੇਡੀਅਮ ਦੇ ਅੰਦਰ ਵੜ ਗਏ ਹਾਂ, ਸਟੇਡੀਅਮ ਦੇ ਅੰਦਰ ਵੜੇ ਹਾਂ ਅਤੇ ਇਹ ਜਨਾਬ ਸਟੇਡੀਅਮ ਦੇ ਅੰਦਰ ਦੇ ਹਾਲ ਹਵਾਲ। ਔਰ ਇੱਕ ਗੱਲ ਯਾਦ ਰੱਖਿਆ ਜੇ ਅਗਰ ਤੁਸੀਂ ਮੈਚ ਵੇਖਣ ਵਾਸਤੇ ਆਉਂਦੇ ਹੋ ਸਟੇਡੀਅਮ ਦੇ ਵਿੱਚ ਤਾਂ ਤੁਹਾਡੇ ਕੋਲ ਜਨਾਬ ਸ਼ਨਾਖਤੀ ਕਾਰਡ ਜਾਂ ਬੇਫਰਮ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਉਹ ਅੰਦਰ ਨਹੀਂ ਜੇ ਵੜਨ ਦਿੰਦੇ। ਔਰ ਇੱਧਰ ਐਵੇਂ ਦੇ ਪਏ ਸਾਹਮਣੇ ਇਹ ਸਕੋਰ ਬੋਰਡ ਹੈ, ਇੱਥੇ ਜਨਾਬ ਸਕੋਰ ਮੈਨਸ਼ਨ ਕੀਤੀ ਜਾਂਦੀ ਹੈ, ਇੱਧਰ ਟੀਵੀ ਅੰਪਾਇਰ ਅਤੇ ਇੱਧਰ ਆਪਣਾ ਕੈਮਰੇ ਵਾਲੇ ਬੈਠੇ ਹੁੰਦੇ ਨੇ, ਇਸ ਦੇ ਨਾਲ ਇਹ ਸਾਈਡ 'ਤੇ ਆਪਣਾ ਜਨਾਬ ਇੱਧਰ ਵੀ ਕੈਮਰੇ ਵਾਲੇ ਔਰ ਇੱਧਰ ਜਿਹੜੀਆਂ ਵੀ ਆਈ ਪੀ ਕੁਰਸੀਆਂ ਲੱਗੀਆਂ ਅਤੇ ਵਗੈਰਾ ਵਗੈਰਾ, ਇੱਧਰ ਜਨਾਬ ਟਿਕਟ ਹੈ। ਈਵਨ ਅੱਜ ਜਨਾਬ ਟੈਸਟ ਮੈਚ ਹੈ, ਇਸ ਦੇ ਬਾਵਜੂਦ ਇਸ ਜਗ੍ਹਾ 'ਤੇ ਉੱਤੇ 2500 ਰੁਪਇਆ ਟਿਕਟ। ਔਰ ਇੱਧਰ ਸ਼ਾਇਦ ਕੋਈ ਪੱਖੇ ਛੱਕੇ ਏਸੀ ਵਗੈਰਾ ਲੱਗਣ ਤਾਂ ਕਰਕੇ ਇਸ ਸਾਈਡ 'ਤੇ ਫ੍ਰੀ ਹੈ। ਔਰ ਇਹ ਜਨਾਬ ਪਾਕਿਸਤਾਨੀ ਬੋਲਰ ਮੁਹੰਮਦ ਅਲੀ ਬੋਲਿੰਗ ਕਰਾ ਰਿਹਾ ਹੈ ਔਰ ਇਹ ਜਨਾਬ ਆਊਟ ਹੋ ਗਿਆ ਜੀ। ਵਾਹ ਭਾਈ ਵਾਹ, ਮਾਸ਼ਾਅੱਲਾ, ਸਾਡਿਆਂ ਜਣਿਆਂ ਤੇ ਦਿਲੋਂ ਆਊਟ ਕਰ ਛੜਿਆ ਤੇ ਬੰਗਲਾਦੇਸ਼ ਪਲੇਅਰ ਦਾ ਕਾਨਫੀਡੈਂਸ ਵੇਖੋ, ਜ਼ਰਾ ਮਾਸਾ ਨਹੀਂ ਹਿੱਲਿਆ। ਬਾਕੀ ਇੱਧਰ ਵੇਖੋ ਜਨਾਬ ਆਊਟ ਕਰਨ ਵਾਲਾ ਮੁਹੰਮਦ ਅਲੀ ਏ ਤੇ ਨਾਰੇ ਲਿਖ ਕੇ ਲੱਗਦੇ ਨੇ। Pitching outside off, impacting line, and it's missing the wicket from Richard. So I recommend you change your decision from out to not out. ਬਜਟ ਡਿਸੀਜਨ ਹੈ ਜਨਾਬ, ਥਰਡ ਅੰਪਾਇਰ ਕੋਲ ਚਲਾ ਗਿਆ ਸੀ ਔਰ ਥਰਡ ਅੰਪਾਇਰ ਨੇ ਜਨਾਬ ਫੈਸਲਾ ਦਿੱਤਾ ਕਿ ਨਾਟ ਆਊਟ ਹੈ। ਇਹ ਜਨਾਬ ਹੁਣ ਦੁਬਾਰਾ ਫਿਰ ਬੋਲਿੰਗ ਵੱਲ ਜਾ ਰਹੇ ਨੇ। ਮੁਹੰਮਦ ਅਲੀ ਦਾ ਓਵਰ ਖਤਮ ਹੋ ਗਿਆ, ਹੁਣ ਜਨਾਬ ਕੀਪਰ ਪਰਲੀ ਸਾਈਡ ਤੋਂ ਮੁਹੰਮਦ ਅਲੀ ਆ ਜਿੱਧਰ ਬੋਲਿੰਗ ਕਰਾ ਰਿਹਾ ਸੀ ਇਸ ਸਾਈਡ 'ਤੇ ਆ ਜਾਏਗਾ ਔਰ ਸ਼ਾਹੀਨ ਸ਼ਾਹ ਫਰੀਦੀ ਉਸ ਸਾਈਡ ਤੋਂ ਕੀਪਰ ਵਾਲੀ ਸਾਈਡ ਤੋਂ ਬੋਲਿੰਗ ਕਰਾਏਗਾ, ਯਾਨੀ ਕਿ ਬੈਟਸਮੈਨ ਆਪਣੀ ਜਗ੍ਹਾ 'ਤੇ ਰਹਿੰਦੇ ਨੇ, ਬੋਲਿੰਗ ਐਂਗਲ ਚੇਂਜ ਹੋ ਜਾਂਦਾ। ਇਹ ਹੁਣ ਸ਼ਾਹੀਨ ਸ਼ਾਹ ਫਰੀਦੀ ਭੱਜ ਕੇ ਆ ਰਿਹਾ, ਇਹ ਜਨਾਬ ਬੋਲ ਕਰਾਈ ਔਰ ਬੋਲ ਹੋ ਗਈ ਬੀਟ, ਬੜੀ ਜ਼ਬਰਦਸਤ ਬੋਲ ਕਰਾਈ। ਬਹਰਹਾਲ ਜਨਾਬ ਇਹ ਟੈਸਟ ਮੈਚ ਸੀ ਅਤੇ ਲਿਹਾਜ਼ਾ ਥੋੜ੍ਹੀ ਦੇਰ ਅਸੀਂ ਬੈਠੇ ਹਾਂ ਉੱਥੇ ਅਤੇ ਉਸ ਤੋਂ ਬਾਅਦ ਅਸੀਂ ਬਾਹਰ ਨਿਕਲ ਆਏ ਹਾਂ। ਇਹ ਆ ਗਿਆ ਅਸੀਂ ਫੈਜ਼ਾਬਾਦ ਅੱਡੇ ਵੱਲ, ਹੁਣ ਵਾਸਤੇ ਦਿਓ ਇਜਾਜ਼ਤ, ਆਪਣਾ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ, ਦੁਆਵਾਂ 'ਚ ਆਪਣੇ ਭਰਾ ਨੂੰ ਯਾਦ ਰੱਖਿਆ ਜੇ। ਅੱਲਾ ਹਾਫਿਜ਼।